ਇਸ ਹਫਤੇ ਮੈਂ ਕੁਝ ਫ੍ਰੀ ਗਿਫਟ ਦੇਣੇ ਆ ਕੋਈ ਵੀ 40-50 ਡਾਲਰ ਦੀ ਚੀਜ਼ ਜ਼ਰੂਰ ਗਿਫਟ ਦੇਣੀ ਜਿਹਨਾਂ ਨੇ ਦਵਾਈ ਮੰਗਾਈ ਹੈ ਉਹਨਾਂ ਨੇ ਵੀ ਕੋਈ ਨਾ ਕੋਈ ਗਿਫਟ ਜ਼ਰੂਰ ਦੇਣੀ ਦਾਅ ਉਤ ਦਾ ਮਤਲਬ ਰੱਖੀ ਆ ਕਿ ਪਹਿਲੀ ਗੱਲ ਤੇ ਇਹ ਜ਼ਿਆਦਾ ਆਦਮੀਆਂ ਛੁੱਟੇ ਦੂਜੀ ਗੱਲ ਕਿ ਇਹ 40 ਸਾਲ ਤੋਂ ਬਾਅਦ ਜ਼ਿਆਦਾ ਚਾਂਸਸ ਹੁੰਦੇ ਆ ਜਦੋਂ ਤੁਸੀਂ ਇਹ ਸਮਝੋ ਕਾਰਨਾਂ ਚੋਂ ਇੱਕ ਕੋਈ ਮोटा ਕਾਰਨ ਕਿ ਯੂਰਿਕ ਐਸ ਜਦੋਂ ਬਹੁਤ ਜ਼ਿਆਦਾ ਹਾਈ ਲੈਵਲ ਤੇ ਪਹੁੰਚ ਜਾਂਦਾ ਤੇ ਉਹ ਗਾਉਟ ਦੀ ਕਾਰਨ ਹੈ ਕਾਹ ਚ ਪਤਾ ਕਿੱਥੋਂ ਲੱਗਦਾ ਕਿ ਪੈਰ ਦੇ ਅੰਗੂਠੇ ਦੇ ਕੋਲ ਜਾ ਕੇ ਤੁਹਾਨੂੰ ਦਰਦ ਹੋਏਗਾ ਬੈਟਰਨੈਸ ਹੌਟਨੈਸ ਸਵੈਲਿੰਗ ਐਂਡ ਪੇਨ ਆਰ ਦਾ ਮੇਜਰ ਫੋਰ ਸਾਈਨ ਸਿੰਟਮਸ ਆਫ ਗਾਊਟੀਆਰਥਰਾਈਟ ਹੋਰ ਬੜਾ ਸੌਖਾ ਇਲਾਜ ਹੈ ਸਾਡੇ ਪਾਸ ਔਰ ਦੇਸੀ ਔਰ ਆਯੁਰਵੇਦਿਕ ਯੂਰਿਕ ਐਸਿਡ ਦੇਖੋ ਸਾਡੇ ਕੋਲ ਯੂਰਿਕ ਐਸਿਡ ਨੂੰ ਕਲੀਨ ਕਰਨ ਦੇ ਲਈ ਬਹੁਤ ਸਿੰਪਲ ਫਾਰਮੂਲਾ ਸੀ ਯੂਰਿਕ ਐਸਿਡ ਨੂੰ ਕਲੀਨ ਕਰਦੇ ਹਾਂ ਇਹ ਦੇਸੀ ਆਯੁਰਵੈਦਿਕ ਤੁਹਾਨੂੰ ਦੁਨੀਆ ਚ ਕਿਤੋਂ ਨਹੀਂ ਮਿਲਣੀ ਇਹੋ ਜੀ ਚੀਜ਼ ਜਿਹੜੀ ਸਪੈਸ਼ਲ ਹੈ ਚਾਹੌਤ ਕਿੰਨੀ ਮਰਜੀ ਪੁਰਾਣੀ ਹੋਵੇ 20 ਸਾਲ ਪੁਰਾਣੀ ਵੀ ਪਾਵੇਂ ਹੋਵੇ ਅਸੀਂ ਤੁਹਾਨੂੰ 1 ਮਹੀਨੇ ਦੀ ਦਵਾਈ થી ਹੋਰ ਰਿਜ਼ਲਟ ਦਿਖਾ ਦਿੰਦੇ ਹਾਂ 75% ਰਿਜ਼ਲਟ 1 ਮਹੀਨੇ ਦੀ ਦਵਾਈ ਨਮਸਕਾਰ ਸਤ ਸ੍ਰੀ ਅਕਾਲ ਆਦਾਬ ਮੈਂ ਹਾਂ ਡਾਕਟਰ ਕੁਮਾਰ ਨੇਚਰਲ ਹੋਲਿਸਟਿਕ ਹਰਬਲ ਹੈਲਥ ਸੈਂਟਰ ਦੇ ਸਾਰੇ ਆਯੁਰਵੈਦਿਕ ਸੈਂਟਰ ਦੇ ਪਿਆਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪਿਆਰੇ ਦਰਸ਼ਕੋ ਐਸੀ ਤਾਂ ਕੋਈ ਬਿਮਾਰੀ ਨਹੀਂ ਜਿਹਦੇ ਬਾਰੇ ਆਪਾਂ ਟੀਵੀ ਤੇ ਨੈਸ਼ਨਲ ਟੀਵੀ ਤੇ ਡਿਸਕਸ ਨਾ ਕੀਤਾ ਹੋਵੇ ਕੋਈ ਐਪੀਸੋਡ ਨਾ ਕੀਤਾ ਹੋਵੇ ਭਾਵੇਂ ਆਪਾਂ ਗੱਲ ਕਰੀਏ షుగర్ ਦੀ, ਬਲੱਡ ਪ੍ਰੈਸ਼ਰ ਦੀ, ਕੋਲੇਸਟ੍ਰੋਲ ਦੀ, ਮੋਟਾਪੇ ਦੀ, ਗੰਠੀਆਂ ਦੀ, ਮਰਦਾਨਾ ਤਾਕਤ ਦੀ ਕਮਜ਼ੋਰੀ ਦੀ, ਸੈਕਸ ਪ੍ਰੋਬਲਮਸ, ਰੈਕਟਲ ਡਿਸਫੰਕਸ਼ਨ, ਪ੍ਰੀਮਚੂਰ ਜੈਕੂਲੇਸ਼ਨ, ਔਲਾਦ ਨਾ ਹੁੰਦੀ ਹੋਵੇ। ਆਦਮੀਆਂ ਤੇ ਔਰਤਾਂ ਦੇ ਵਿੱਚ ਜਸਮਾਨੀ ਜਾਂ ਸਰੀਰਕ ਕਮਜ਼ੋਰੀ ਕੋਈ ਵੀ ਹੋਵੇ। ਸਕਿਨ ਪ੍ਰੋਬਲਮ ਕੋਈ ਹੋਵੇ, ਅਲਰਜੀ ਹੋਵੇ, ਐਕਜ਼ੀਮਾ ਹੋਵੇ, ਰੈਸ਼ ਹੋਵੇ। ਸੋਰਾਈਸਿਸ ਹੋਵੇ, ਵਿਟਿਲਿਗੋ ਹੋਵੇ, ਫਲੂਵੈਰੀ ਹੋਵੇ, ਵਾਲ ਚੜਦੇ ਹੋਣ। ਔਰ ਸੋਰਾਈਸਿਸ ਦੇ ਬੜੇ ਪੇਸ਼ੈਂਟ ਆਰਥਰਾਈਟਸ ਦੇ ਬੜੇ ਪੇਸ਼ੈਂਟ ਹੈ ਪਰ ਅੱਜ ਦਾ ਟੌਪਿਕ ਪਹਿਲਾਂ ਹੀ ਡਿਸਕਸ ਕਰਨ ਤੋਂ ਪਹਿਲਾਂ ਦੱਸ ਦਈਏ ਫੇਰ ਵੀ ਕਿਉਂਕਿ ਕੋਈ ਨਾ ਕੋਈ ਟੌਪਿਕ ਸਾਨੂੰ ਲੈਣਾ ਪੈਂਦਾ ਅੱਜ ਦਾ ਟੌਪਿਕ ਆਪਾਂ ਗੱਲ ਕਰਾਂਗੇ ਗਾਊਟ ਕੰਠੀ ਅਧੀ ਇੱਕ ਟਾਈਪ ਹੁੰਦੀ ਹੈ ਵੀ ਔਰ ਇੱਕ ਤਾਂ ਪਹਿਲਾਂ ਮੈਂ ਸਟਾਰਟ ਚ ਇਹ ਦੱਸ ਦਵਾਂ ਵੀ ਅੱਜ ਦਾ ਟੌਪਿਕ ਹੋਇਆ ਗਾਊਟ ਇੱਕ ਤਾਂ ਖੁਸ਼ਖਬਰੀ ਸਟਾਰਟ ਛੁਰ ਦੱਸ ਦਿਨਾ ਕਿ ਇਸ ਹਫਤੇ ਮੈਂ ਕੁਝ ਫ੍ਰੀ ਗਿਫਟ ਦੇਣੇ ਆ ਉਹਦੇ ਤਿੰਨ ਕਾਰਨ ਨੇ ਇੱਕ ਤਾਂ ਮੇਰਾ ਬਰਥਡੇ ਆਨ ਲੱਗਾ ਦੂਜਾ ਕਾਰਨ ਫਾਦਰਡੇ ਤੀਜਾ ਕਾਰਨ ਜਗਨਨਥ ਰਾਤ ਯਾਤਰਾ ਤਿੰਨੇ ਹੀ ਧਾਰਮਿਕ ਪ੍ਰੋਗਰਾਮ ਮੇਰੇ ਬਰਥਡੇ ਦੇ ਆਲੇ ਦੁਆਲੇ ਹੋ ਰਹੇ ਹੁੰਦੇ ਆ ਤੇ ਮੇਰਾ ਦਿਲ ਕਰਦਾ ਜਿਹੜੇ ਲੋਕਲ ਪੇਸ਼ੈਂਟਸ ਜਦੋਂ ਆਣੇ ਆ ਉਹਨਾਂ ਨੂੰ ਵੀ ਮੈਂ ਕੋਈ ਵੀ 40-50 ਡਾਲਰ ਦੀ ਚੀਜ਼ ਜ਼ਰੂਰ ਗਿਫਟ ਦੇਣੀ ਆ ਔਰ ਜਿਨ੍ਹਾਂ ਨੇ ਦਵਾਈ ਮੰਗਾਈ ਆ ਉਹਨਾਂ ਨੂੰ ਵੀ ਕੋਈ ਨਾ ਕੋਈ ਗਿਫਟ ਜ਼ਰੂਰ ਦੇਣੀ ਆ ਤੋ ਇਸ ਕਰਕੇ ਇਹ ਮੈਂ ਪਹਿਲੇ ਸਟਾਰਟ ਚ ਦੱਸਦਾ ਗਿਫਟ ਮੇਰੇ ਵੱਦੋਂ ਫ੍ਰੀ ਜਾਣਾ ਤੁਸੀਂ ਸਮਝੋਗੇ 50 ਡਾਲਰ ਕੂਪਨ ਤੁਹਾਨੂੰ ਸਾਰਿਆਂ ਨੂੰ ਮਿਲ ਜਾਣਾ ਦਵਾਈ ਮਿਲੇਗੀ ਉਹਦੇ ਚ ਮੈਂ ਭਾਵੇਂ ਤੁਹਾਨੂੰ ਕੋਈ ਡਰਾਪਸ ਭੇਜਾਂ ਕੋਈ ਹੈ ਕੋਈ ਯਾਦਦਾਸ਼ ਲਈ ਕੋਈ ਮੈਮਰੀ ਲਈ ਕੋਈ ਬ੍ਰੇਨ ਪਾਵਰ ਲਈ ਕੋਈ ਸਰਾਜ ਸੇਜ਼ ਲਈ ਕੋਈ ਮੈਨ ਪਾਵਰ ਲਈ ਕੋਈ ਸ਼ੂਗਰ ਲਈ ਲੀਕ ਕੋੜ ਵੀ ਮੇਰੇ ਕੋਲ ਬੜੀ ਤਰ੍ਹਾਂ ਦੇ ਹੁੰਦੇ ਡਰਾਪਸ ਆਪਣੇ ਵੱਲੋਂ 50 ਡਾਲਰ ਦੀ ਕੋਈ ਨਾ ਕੋਈ ਗਿਫਟ ਵੀ ਮੈਂ ਜ਼ਰੂਰ ਦਵਾਂਗਾ ਹਾਇਸ ਹਫਤਾ ਦੱਸ ਦਿੰਦੇ ਅੰਦਰ ਅੰਦਰ ਜਿਹੜੇ ਜਿਹੜੇ ਦਵਾਈ ਮੰਗਾ ਰਹੇ ਆ ਇਹ ਮੈਂ ਪਹਿਲਾਂ ਤਾਂ ਅਨਾਉਂਸ ਕਰਤਾ ਕਿ ਭੁੱਲ ਨਾ ਜਾਵਾਂ ਸੋ ਲੈਟਸ ਕਮ ਟੂ ਦਾ ਪੁਆਇੰਟ ਟੂਡੇ ਵੀ ਆਰ ਗੋਇੰਗ ਟੂ ਡਿਸਕਸ ਔਰ ਦਾ ਗਾਊਟ ਵਾਟ ਇਜ਼ ਗਾਊਟ ਇਜ਼ ਅ ਟਾਈਪ ਆਫ ਆਰਥਰਾਇਟਸ ਗਾਊਟ ਹੁੰਦੀ ਕੀ ਹੈ ਹਮੇਸ਼ਾ ਯਾਦ ਰੱਖਣਾ ਕਿ ਮੇਰੇ ਸ਼ੋ ਐਜੂਕੇਟਿਵ ਹੁੰਦੇ ਤੁਹਾਡੀ ਨੌਲੇਜ ਵਿਦਾਨ ਲਈ ਹੁੰਦੇ ਔਰ ਗਾਰੰਟੀਡ ਦਿੰਨੀਆਂ ਪਰ ਦੀ ਕਿਸੇ ਬੁੱਕ ਨੂੰ ਪੜ ਲਓ ਤੁਹਾਨੂੰ ਉਹ ਚੀਜ਼ਾਂ ਨਹੀਂ ਮਿਲਦੀਆਂ ਜੋ ਮੈਂ ਦੱਸ ਦੇਣੀਆਂ ਗਾਊਟ ਦਾ ਮਤਲਬ ਕਿ ਪਹਿਲੀ ਗੱਲ ਤੇ ਇਹ ਜਿਆਦਾ ਆਦਮੀਆਂ 'ਚ ਹੁੰਦੀ ਹੈ। ਦੂਜੀ ਗੱਲ ਕਿ ਇਹ 40 ਸਾਲ ਤੋਂ ਬਾਅਦ ਜਿਆਦਾ ਚਾਂਸਸ ਹੁੰਦੇ ਆ। 75 ইয়ার্স ది এজ ਤੇ ਇਹ ਮੈਕਸਿਮਮ ਚਾਂਸਸ ਹੁੰਦੇ ਆ। ਔਰ 9 ਆਫ 9 ਆਊਟ ਆਫ 10 ਦਸਾਂ 'ਚੋਂ 9 ਦੇ ਵਿੱਚ ਜੇ ਗਾਊਟ ਆਏਗੀ ਤੇ ਦਸਾਂ 'ਚੋਂ 9 ਨੂੰ ਸਮਝੋ ਤੇ ਉਹ ਮੈਨ ਹੀ ਹੋ ਗਿਆ। ਕਹਿਣ ਦਾ ਮਤਲਬ ਕਿ ਆਦਮੀਆਂ 'ਚ ਇਹ ਬਿਮਾਰੀ ਗਾਊਟ ਦੀ ਜਿਆਦਾ ਹੁੰਦੀ ਹੈ। ਗਾਊਟ ਹੈ ਕੀ? ਗਾਊਟ ਇਜ਼ ਅ ਟਾਈਪ ਆਫ ਆਰਥਰਾਇਟਿਸ। ਜਿੱਦਾਂ ਆਪਾਂ ਕਿੰਨੇ એપisode ਲੱਖਾਂ એપisode ਕਰ ਚੁੱਕੇ ਗਾਊਟ ਤੇ ਵੀ ਬਹੁਤ ਸਾਲ ਹੋ ਗਏ ਮੈਨੂੰ ਕਰਦੇ ਆ ਨਾ ਤੁਸੀਂ 20 25 ਸਾਲ ਤੋਂ ਮੇਰੇ ਹਰ ਪੰਜਾਬੀ ਚੈਨਲ ਤੇ ਪ੍ਰੋਗਰਾਮ ਦੇਖ ਚੁੱਕੇ ਹੋ ਫੇਸਬੁੱਕ ਤੇ ਦੇਖਦੇ ਹੋ YouTube ਤੇ ਦੇਖਦੇ ਹੋ ਅਲਫਾਬੈਟਿਕਲੀ ਕਰ ਚੁੱਕੇ ਆ ਸੋ ਫਿਰ ਵੀ ਉਹੀ 22 23 ਮਿੰਟਾਂ ਦੇ ਵਿੱਚ ਅਸੀਂ ਕੋਈ ਨਾ ਕੋਈ ਟੌਪਿਕ ਫੜ ਲੀਦਾ ਔਰ ਨਾਲ ਹਰ ਵਾਰੀ ਕਲੀਅਰ ਕਰ ਲੀਦਾ ਕਿ ਵੋਈ ਟਰੀਟ ਈਚ ਐਂਡ ఎవਰੀਥਿੰਗ ਬਾਈ ਆਯੁਰਵੇਦਿਕ ਵੇ ਨੈਚੁਰਲ ਵੇ ਹਰ ਵਾਰੀ ਵਿਦਾਊਟ ਐਨੀ ਸਾਈਡ ਵੇ ਸੋ ਪਿਆਰੇ ਦਰਸ਼ਕੋ ਗਾਊਟ ਹੈ ਕੀ ਦੇਖੋ ਗਆਉਟ ਸਮਝੋ ਇੱਕ ਜੋੜਾਂ ਦੀ ਦਰਦਾਂ ਦੀ ਬਿਮਾਰੀ ਹੈ ਪਾਵੇਂ ਅਸੀਂ ਆਰਥਰਾਇਟਸ ਦੀ ਗੱਲ ਕਰੀਏ ਰਿਯੂਮਟਾਇਡ ਆਰਥਰਾਇਟਸ ਦੀ ਗੱਲ ਕਰੀਏ ਆਸਟਿਓ ਆਰਥਰਾਇਟਸ ਦੀ ਕਰੀਏ ਆਸਟਿਓ ਮੈਲਾਈਟਸ ਦੀ ਕਰੀਏ ਆਸਟਿਓਪੇਨੀਆ ਦੀ ਕਰੀਏ ਹਾਂ ਕਾਰਟਿਲੇਜ ਘਟਿਆ ਹੋਵੇ ਵਰਟੀਬਰਲ ਕਾਲਮਨ ਦੀ ਕੋਈ ਪ੍ਰੋਬਲਮ ਹੋਵੇ ਸਪਾਈਨ ਦੀ ਪ੍ਰੋਬਲਮਸ ਪਰ ਸਪਾਈਨ ਹੋਵੇ ਸ਼ੋਲਡਰ ਸਟਿਫਨੈਸ ਹੋਵੇ ਔਰ ਇਸੇ ਤਰ੍ਹਾਂ ਗਾਉਟ ਵੀ ਇੱਕ ਕਿਸਮ ਦੀ ਆਰਥਰਾਇਟਸ ਹੁੰਦੀ ਹੈ ਪਰ ਇਹ ਦੂਸਰੀ ਜਿੰਨੇ ਮੈਂ ਨਾਮ ਲੈ ਆਰਥਰਾਇਟਸ ਤੋਂ ਡਿਫਰੈਂਟ ਹੈ ਉਹਦਾ ਮਤਲਬ ਕੀ ਹੈ ਕਿ ਗਾਊਟ ਦਾ ਤੁਹਾਨੂੰ ਅੱਛਾ ਪਹਿਲਾਂ ਹੋਏਗਾ ਕਿ ਲੱਛਣ ਕੀ ਤੁਹਾਨੂੰ ਕਿੱਥੋਂ ਪਤਾ ਲੱਗਿਆ ਉਹਦਾ ਜੇ ਕਹੋ ਤਾਂ ਪਹਿਲਾਂ ਮੈਂ ਕਾਰਨ ਦੱਸ ਦਿੰਦਾ ਕਾਰਨ ਗਾਊਟ ਐਕਚੁਅਲੀ ਇੱਕ ਸਮਝੋ ਵੀ ਜੋ ਵੀ ਅਸੀਂ ਖਾਣਾ ਖਾਂਦੇ ਆ ਉਹਦੇ ਚੋਂ ਜਦੋਂ ਫੂਡ ਅਸੀਂ ਡਾਈਜੈਸਟ ਹੁੰਦਾ ਪਹਿਲਾਂ ਫਿਰ ਉਹਦੇ ਚੋਂ ਨਿਊਟ੍ਰੀਸ਼ਨ ਮਿਲਦੀ ਹੈ ਲੇਕਿਨ ਵੇਸਟ ਪ੍ਰੋਡਕਟਸ ਜਿਹੜੇ ਆ ਕਿਡਨੀ ਦੇ ਥਰੂ ਜਾਂ ਐਕਸਕ੍ਰੀਟਾ ਦੇ ਥਰੂ ਬਾਹਰ ਨਿਕਲ ਜਾਂਦੇ ਇਸੇ ਤਰ੍ਹਾਂ ਹੀ ਯੂਰਿਕ ਐਸਿਡ ਕਈ ਵਾਰੀ ਯੂਰਿਕ ਐਸਿਡ ਇਜ਼ ਆਲਸੋ ਵਨ ਆਫ ਦੀ ਵੇਸਟ ਪ੍ਰੋਡਕਟ ਯੂਰਿਕ ਐਸਿਡ ਦੇ ਕ੍ਰਿਸਟਲਸ ਬਣੇ ਹੁੰਦੇ ਆ ਜਦੋਂ ਤੁਸੀਂ ਇਹ ਸਮਝੋ ਕਾਰਨਾ ਚੋਂ ਇੱਕੋ ਹੀ ਮੋਟਾ ਕਾਰਨ ਕਿ ਯੂਰਿਕ ਐਸਿਡ ਜਦੋਂ ਬਹੁਤ ਜ਼ਿਆਦਾ ਹਾਈ ਲੈਵਲ ਤੇ ਪਹੁੰਚ ਜਾਂਦਾ ਤੇ ਉਹ ਗਾਊਟ ਦੀ ਫਾਰਮ ਹੋ ਜਾਂਦੀ ਹੈ ਪਤਾ ਕਿੱਥੋਂ ਲੱਗਦਾ ਕਿ ਫਿੰਗਰਸ ਜੋਇੰਟਸ ਦੇ ਵਿੱਚ ਜਿਆਦਾ ਦਰਦ ਹੋਏਗੀ, ਰੈਡਨੈਸ ਹੋਏਗੀ, ਹੌਟ ਹੋਏਗੀ ਔਰ ਸਵੇਲਿੰਗ ਹੋਏਗੀ। ਔਰ ਇਹ ਦੇਖੋ ਇਟ ਕੈਨ ਬੀ ਇਨ ਦਾ ਨੀ ਜੋਇੰਟ, ਐਂਕਲ ਜੋਇੰਟ ਔਰ ਟੋਜ਼। ਹੱਥਾਂ ਦੀਆਂ ਉਂਗਲਾਂ 'ਚ ਚਾਂਸੇ ਬਹੁਤ ਘੱਟ ਹੁੰਦੇ ਆ। ਰੀਡ ਦੀ ਹੱਡੀ ਦੇ ਵਿੱਚ ਚਾਂਸੇ ਇਹਦੇ ਨਹੀਂ ਹੁੰਦੇ ਕਾਉਟ ਦੇ। ਬਾਕੀ ਜੋੜਾਂ 'ਚ ਵੀ ਚਾਂਸੇ ਬਹੁਤ ਘੱਟ ਆ। ਸਟਾਰਟ 'ਚ ਪਤਾ ਕਿੱਥੋਂ ਲੱਗਦਾ ਹੈ। ਕੇ ਪੈਰ ਦੇ ਅੰਗੂਠੇ ਦੇ ਕੋਲ ਜਾ ਕੇ ਤੁਹਾਨੂੰ ਦਰਦ ਹੋਏਗੀ ਪੈਰ ਦਾ ਅੰਗੂਠੇ ਦੇ ਕੋਲ ਤੁਹਾਨੂੰ ਜੜ ਦੇ ਵਿੱਚ ਰੈਡਨੈਸ ਨਜ਼ਰ ਆਏਗੀ ਔਰ ਹੌਟ ਲੱਗੇਗਾ ਗਰਮ-ਗਰਮ ਲੱਗੇਗਾ ਔਰ ਇਹ ਜ਼ਿਆਦਾਤਰ ਆਦਮੀਆਂ ਨੂੰ ਹੁੰਦੀ ਹੈ ਦੱਸਿਆ ਕਿ 9 ਆਊਟ ਆਫ 10 men ਹੁੰਦੀ ਹੈ 75 years ਤੋਂ ਬਾਅਦ ਚਾਂਸਸ ਜ਼ਿਆਦਾ ਹੁੰਦੇ ਆ ਫਿਰ ਔਰ ਪੈਰ ਦੇ ਅੰਗੂਠੇ ਕੋਲ ਜਦੋਂ ਦਰਦ ਹੋਏਗੀ ਇਹ ਹੀ ਫਿਰ ਬਾਅਦ ਦੇ ਵਿੱਚ ਹੌਲੀ ਹੋਰੇ ਗੋਡਿਆਂ 'ਚ ਤੇ ਗਿੱਟਿਆਂ 'ਚ ਵੀ ਚਲੀ ਜਾਂਦੀ ਹੈ ਜੇ ਯੂਰਿਕ ਐਸਿਡ ਦੇ ਕ੍ਰਿਸਟਲ ਪਸ਼ਾਪ ਰਸਤੇ ਨਾ ਨਿਕਲਣ ਆ ਇੱਕ ਕਾਰਨ ਇਹ ਦੂਸਰਾ ਕਿਡਨੀ ਸਟੋਨਸ ਵੀ ਹੋ ਜਾਂਦੇ ਯੂਰਿਕ ਐਸਿਡ ਹੈ ਕੀ ਇਹ ਦੱਸਿਆ ਕਿ ਕਿਡਨੀ ਇਜ਼ ਦਾ బిਗੇਸਟ ਫਿਲਟਰ ਇਨ ਦਾ ਬਾਡੀ ਜੋ ਵੀ ਆਪਾਂ ਖਾਣਾ ਖਾਂਦੇ ਜਾਂ ਪੀਂਦੇ ਪਸ਼ਾਪ ਰਸਤੇ ਕਿਡਨੀ ਦੇ ਥਰੂ ਫਿਲਟਰ ਹੋ ਕੇ ਨਿਕਲ ਜਾਂਦਾ ਜੇ ਇਹ ਨਾ ਫਿਲਟਰ ਹੋ ਕੇ ਨਿਕਲੇ ਯੂਰਿਕ ਐਸਿਡ ਦੇ ਕ੍ਰਿਸਟਲ ਜੇ ਕਿਡਨੀ ਚ ਰਹਿ ਗਏ ਤੇ ਇਹ ਕਿਡਨੀ ਸਟੋਨਸ ਬਣਾ ਦਿੰਦੇ ਆ ਜੇ ਇਹ ਕਿਡਨੀ ਚ ਰਹਿ ਗਏ ਤੇ ਕਿਡਨੀ ਸਟੋਨ ਜਦੋਂ ਇਹ ਬਲੱਡ ਸਟ੍ਰੀਮ ਚ ਜਾ ਕੇ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਜਿੱਥੇ-ਜਿੱਥੇ ਯੂਰਿਕ ਐਸਿਡ ਦੇ ਕ੍ਰਿਸਟਲ ਕਾਸ ਕਰਕੇ ਜੋੜਾਂ ਚ ਜਾ ਕੇ ਇਕੱਠੇ ਹੁੰਦੇ ਉੱਥੇ ਜਾ ਕੇ ਇਹ ਫਿਰ ਹੌਟਨੈਸ ਕਰਨਗੇ ਸਵੇਲਿੰਗ ਕਰਨਗੇ ਰੈਡਨੈਸ ਕਰਨਗੇ ਦਰਦ ਕਰਨਗੇ ਜੇ ਇਹ ਸ਼ਾਪ ਰਸਤੇ ਨਹੀਂ ਨਿਕਲਦੇ ब्लड स्ट्रीम ਚ ਜਾ ਕੇ ਯੂਰਿਕ ਐਸਿਡ ਦੀ ਮਾਤਰਾ ਵਧ ਜੇ ਯੂਰਿਕ ਐਸਿਡ ਦੀ ਡੈਪੋਜ਼ੀਸ਼ਨ ਹੋ ਜੇ ਯੂਰਿਕ ਐਸਿਡ ਦੇ ਕ੍ਰਿਸਟਲ ਛੋਟੇ-ਬੋਟੇ ਸਮਝ ਕੇ ਵੇਸਟ ਪ੍ਰੋਡਕਟ ਹੈ ਇੱਕ ਕ੍ਰਿਸਟਲ ਫਾਰਮ ਚ ਹੈ ਪੈਰ ਦੇ ਅੰਗੂਠੇ ਚ ਜਾ ਕੇ ਸਟਾਰਟ ਹੋਣਗੇ ਤੁਹਾਨੂੰ ਪਤਾ ਲੱਗੇਗਾ ਔਰ ਫਿਰ ਦੂਸਰੀ ਗੱਲ ਜਿਆਦਾਤਰ ਗਾਊਟ ਦੀ ਦਰਦ ਮਾਰਨਿੰਗ ਟਾਈਮ ਹੁੰਦੀ ਸੁੱਤੇ ਉੱਠਦਿਆਂ ਤੁਹਾਨੂੰ ਪਤਾ ਲੱਗੇਗਾ ਵੀ ਪੈਰ ਦੇ ਅੰਗੂਠੇ 'ਚ ਕੋਈ ਦਰਦ ਹੋ ਰਹੀ ਹੈ ਹੱਥ ਲਾਓਗੇ ਤੇ ਗਰਮ ਲੱਗੇਗਾ ਹੌਲੀ ਹੌਲੀ ਜੇ ਇਹ ਕ੍ਰਿਸਟਲ ਬਲੱਡ ਸਟ੍ਰੀਮ 'ਚ ਸਮਝੋ ਹੋਰ ਜੋੜਾਂ 'ਚ ਚਲੇ ਗਏ ਐਂਕਲ ਜੋਇੰਟ ਜਿਹੜੇ ਗਿੱਟਿਆਂ ਦੇ ਵਿੱਚ ਦਰਦ ਹੋਏਗੀ ਫਿਰ ਗੋਡਿਆਂ 'ਚ ਦਰਦ ਹੋਏਗੀ ਜਿਆਦਾ ਚਾਂਸੇਸ ਗਾਊਟ ਦੇ ਪੈਰ ਦੇ ਅੰਗੂਠੇ 'ਚ ਗਿੱਟਿਆਂ 'ਚ ਤੇ ਗੋਡਿਆਂ 'ਚ ਹੁੰਦੇ ਆ ਇੱਥੋਂ ਪਤਾ ਲੱਗਦਾ ਹੈ ਕਿ ਗਾਊਟ ਹੈ ਔਰ ਮੈਂ ਸਟਾਰਟ 'ਚ ਦੱਸਿਆ ਸੀ ਕਿ ਇਟ ਇਜ਼ ਆਲਸੋ ਵਨ ਆਫ ਦੀ ਟਾਈਪ ਆਫ ਦੀ ਆਰਥਰਾਇਟਿਸ ਪਾਵੇਂ ਅਸੀਂ ਆਰਥਰਾਇਟਸ ਕਹਿੰਦੇ ਆ ਜੋੜਾਂ ਦੀ ਦਰਦ ਆ ਜਿਹੜਾ ਰਿਊਮਟਾਇਡ ਆਰਥਰਾਇਟਸ ਤੇ ਉਹਦਾ ਚਾਵੇ ਕੋਹਣੀਆਂ 'ਚ ਵੀ ਆ ਮੋਢਿਆਂ 'ਚ ਵੀ ਆ ਗੋਡਿਆਂ 'ਚ ਵੀ ਆ ਗਿੱਟਿਆਂ 'ਚ ਵੀ ਆ ਹਿਪ ਜੋਇੰਟ 'ਚ ਵੀ ਆ ਉਂਗਲਾਂ ਦੇ ਫਾਂ ਫਿੰਗਰਸ ਦੇ ਵਿੱਚ ਜਿਹੜੇ ਹੱਥਾਂ ਦੀਆਂ ਉਂਗਲੀਆਂ 'ਚ ਵੀ ਆ ਲੇਕਿਨ ਜਿਹੜੀ ਯੂਰਿਕ ਐਸਿਡ ਦੀ ਅ ਗਾਊਟ ਆ ਜਿਹੜਾ ਗਾਊਟੀ ਆਰਥਰਾਇਟਸ ਹੈ ਉਹ ਸਿਰਫ ਉਂਗਲਾਂ 'ਚ ਹੋਣਗੇ ਤੇ ਪੈਰਾਂ ਦੀਆਂ ਉਂਗਲਾਂ 'ਚ ਪਰ ਉਹ ਵੀ ਬਾਅਦ ਦੇ ਵਿੱਚ ਜਿਹੜਾ ਬਾਕੀ ਜੋੜਾਂ ਦੀਆਂ ਦਰਦਾਂ 'ਚ নো ਡਾਊਟ ਹੌਲੀ-ਹੌਲੀ ਜਿਹੜੇ ਗੋਡੇ ਔਰ ਗਿੱਟਿਆਂ 'ਚ ਜਾਏਗੀ ਦੋ ਨਿਸ਼ਾਨੀਆਂ ਵੀ ਉਥੇ ਜਿੱਥੇ ਵੀ ਗਾਊਟ ਦੀ ਦਰਦ ਹੋਏਗੀ ਉਥੇ ਹੱਥ ਲਾ ਕੇ ਦੇਖੋਗੇ ਤੁਹਾਨੂੰ ਗਰਮ-ਗਰਮ ਲੱਗੇਗਾ ਰੈਡਨੈਸ ਹੌਟਨੈਸ ਸਵੇਲਿੰਗ ਐਂਡ ਪੇਨ ਆਰ ਦਾ ਮੇਜਰ 4 ਸਾਈਨ ਸਿੰਪਟਮਸ ਆਫ ਗਾਊਟੀ ਆਰਥਰਾਇਟਸ ਅੱਛਾ ਅੰਗਰੇਜ਼ੀ ਦਵਾਈ ਯੂਰਿਕ ਐਸਿਡ ਦੀ ਕਈ ਸਾਲਾਂ ਤੋਂ ਲੋਕ ਇਹ ਲਗਾਤਾਰ ਖਾ ਰਹੇ ਆ ਔਰ ਬੜਾ ਸੌਖਾ ਇਲਾਜ ਹੈ ਸਾਡੇ ਕੋਲ ਦਾ ਔਰ ਦੇਸੀ ਔਰ ਆਯੁਰਵੈਦਿਕ ਫੇਰ ਵੀ ਤੁਹਾਨੂੰ ਕੋਈ ਐਸਾ ਨੁਸਖਾ ਦੱਸਾਂਗਾ ਤੁਸੀਂ ਆਪਣਾ ਯੂਰਿਕ ਐਸਿਡ ਥੋੜੇ ਦਿਨ ਬਾਅਦ ਚੈੱਕ ਕਰ ਲੋਗੇ ਤੁਹਾਨੂੰ ਪਤਾ ਲੱਗ ਜਾਏਗਾ ਸੋ ਪਿਆਰੇ ਦਰਸ਼ਕੋ ਕਿਸੇ ਨੂੰ ਜੇ ਗਾਉਟ ਜਾਂ ਆਰਥਰਾਈਟਸ ਦੀ ਪ੍ਰੋਬਲਮ ਹੈ ਜਾਂ ਜੋੜਾਂ ਦੀ ਬੜੀ ਕਾਮਨ ਪ੍ਰੋਬਲਮ ਹੈ ਦਰਦਾਂ ਦੀ ਆਮ ਠੀਕ ਹੈ ਤੁਸੀਂ ਮੇਰੇ ਲੱਖਾਂ ਐਪੀਸੋਡ ਵਾਚ ਕਰ ਚੁੱਕੇ ਹੋ ਆਰਥਰਾਈਟਸ ਬਾਰੇ ਵੀ ਹਾਰਟ ਅਟੈਕ ਬਾਰੇ ਵੀ ਐਂਜਾਇਨਾ ਬਾਰੇ ਵੀ ਕਾਰਡੀਓ ਮਗੈਲੀ ਬਾਰੇ ਵੀ ਔਰ ਸਰਕੂਲੇਸ਼ਨ ਪ੍ਰੋਪਰ ਨਾ ਹੋ ਰਹੀ ਹੋਵੇ ਲਤਾਂ ਜਿਆਦਾ ਦਵਾਈ ਸਾਡੇ ਜਾਂਦੀ ਡਾਇਬੀਟਿਸ ਦੀ ਜਾਂ ਮਰਦਾਨਾਂ ਤੱਕ ਦੀ ਔਰ ਇਹਨਾਂ ਕਾਰਨਾਂ ਦੇ ਵਿੱਚ ਫੇਰ ਕਾਰਨ ਆ ਜਾਂਦਾ ਹੋਰ ਕੀ ਕਿ ਮੀਟ ਪ੍ਰੋਡਕਟਸ ਜ਼ਿਆਦਾ ਖਾਣੇ ਮोटापा ਔਰ ਯੰਗ ਮੁੰਡਿਆਂ ਨੂੰ ਚਾਂਸਸ ਬਹੁਤ ਘੱਟ ਹੈ ਪਰ ਜੇ ਫੈਮਿਲੀ ਹਿਸਟਰੀ ਹੋਵੇ ਤੇ ਅੱਜ ਕੱਲ ਮੈਂ ਦੇਖਿਆ ਕਈ ਯੰਗ ਮੁੰਡਿਆਂ ਦੇ ਵਿੱਚ ਵੀ ਯੂਰਿਕ ਐਸਿਡ ਵਧਿਆ ਬਹੁਤ ਘੱਟ ਚਾਂਸਸ ਹੈ ਗਾਉਟੀ ਆਰਥਰਾਇਟਸ ਦੀ ਲੇਡੀਸ ਤੇ ਬਹੁਤ ਘੱਟ ਮੇਰੇ ਖਿਆਲ 1% ਵੀ ਨਹੀਂ ਦੇਖਣ ਚਾਏ ਔਰ ਏਜ ਦਾ ਫਰਕ ਉਮਰ ਦਾ ਫਰਕ ਜਾਂ ਫੈਮਿਲੀ ਇਨਹੈਰੀਟੈਂਸ ਜਾਂ ਮੋਟਾਪਾ ਜਾਂ ਬਹੁਤ ਜਿਆਦਾ ਮੀਟ ਖਾਣ ਨਾਲ ਮੀਟ ਪ੍ਰੋਡਕਟਸ ਜਿਆਦਾ ਖਾਣ ਦੇ ਨਾਲ ਜਾਂ ਸਟ्रेस ਨਾਲ ਔਰ ਐਸਿਡ ਜਿਆਦਾ ਲੈਣ ਨਾਲ ਯੂਰਿਕ ਐਸਿਡ ਜਦੋਂ ਵਧ ਜਾਂਦਾ ਤੇ ਉਹਦੇ ਕਰਕੇ ਯੂਰਿਕ ਐਸਿਡ ਦੇ ਕ੍ਰਿਸਟਲਸ ਡਿਫਾਰਮੇਟਿਕ ਕਰਦੇ ਆ ਜੋਇੰਟਸ ਦੇ ਵਿੱਚ ਕਰਦੇ ਆ ਦੈਟ ਕਾਜ਼ ਇਸ ਗਾਉਟੀ ਆਰਥਰਾਇਟਿਸ ਯੂਰਿਕ ਐਸਿਡ ਦੇਖੋ ਸਾਡੇ ਕੋਲ ਯੂਰਿਕ ਐਸਿਡ ਨੂੰ ਕਲੀਨ ਕਰਨ ਦੇ ਲਈ ਬਹੁਤ ਸਿੰਪਲ ਫਾਰਮੂਲਾ ਸੀ ਯੂਰਿਕ ਐਸਿਡ ਨੂੰ ਕਲੀਨ ਕਰਦੇ ਆ ਇਹ ਦੇਸੀ ਆਯੁਰਵੈਦਿਕ ਤੁਹਾਨੂੰ ਦੁਨੀਆ ਚ ਕਿਤੋਂ ਨਹੀਂ ਮਿਲਣੀ ਇਹੋ ਜੀ ਚੀਜ਼ ਜਿਹੜੀ ਸਪੈਸ਼ਲ ਹੈ ਇਹ ਮੇਰੇ ਕੋਲ ਤੁਹਾਨੂੰ ਮਿਲਣੀ ਹੈ ਕਾਰਨ ਇਹ ਕਿ ਦਿਸ ਇਜ਼ ਅ ਆਯੁਰਵੈਦਿਕ ਡੈਫੀਨੇਟ ਔਰ ਡੈਫੀਨੇਟ ਦਾ ਮਤਲਬ ਗਾਰੰਟੀਡ ਰਿਜ਼ਲਟ ਯੂਰਿਕ ਐਸਿਡ ਨੂੰ ਕਿਸ ਤਰ੍ਹਾਂ ਅਸੀਂ ਕੰਟਰੋਲ ਕਰਨਾ ਔਰ ਨਾਲ ਮੈਂ ਤੁਹਾਨੂੰ ਦੱਸਿਆ ਕਿ ਇਸ ਹਫਤਾ 10 ਦਿਨ ਜਿਹੜੀ ਵੀ ਮੇਰੀ ਕੋਈ ਦਵਾਈ ਜਾਏਗੀ ਕਿਸੇ ਕਿਸਮ ਦੀ ਪਾਵੇਂ ਕੋਈ షుగర్ ది యా ਮਰਦਾਨਾ ਤਾਕਤ ది యా ਲੇਡੀਸੀ ਕੋ ਪ੍ਰੋਬਲਮ ਐ ਨਾਲ ਮੈਂ 40-50 ਡਾਲਰ ਦੀ ਜ਼ਰੂਰ ਗਿਫਟ ਭੇਜਣੀ ਐ ਦਵਾਈ ਕੋਈ ਨਾ ਕੋਈ ਜੇ ਉਹ ਵੀ ਲੋੜ ਐ ਤੁਸੀਂ ਜਦੋਂ ਮੈਂ ਨਾਲ ਗੱਲ ਕਰੋਗੇ ਸੋ ಲೆਟਸ ਕਮ ਟੂ ਦ ਪੁਆਇੰਟ ਟੂਡੇ ਵੀ ਆਰ ਟਾਕਿੰਗ ਬਾਟ ਦ ਗਾਊਟੀ ਆਰਥਰਾਇਟਿਸ ਐਂਡ ਯੂਰਿਕ ਐਸਿਡ ਐਂਡ ਹਾਊ ਟੂ ਗੈਟ ਰਿਡ ਆਫ ਦ ਯੂਰਿਕ ਐਸਿਡ ਹਾਊ ਟੂ ਗੈਟ ਰਿਡ ਆਫ ਦ ਯੂਰਿਕ ਐਸਿਡ ਕਲੀਨਸ ਹਾਊ ਟੂ ਕਲੀਨ ਦ ਕਿਡਨੀ ਹਾਊ ਟੂ ਗੈਟ ਰਿਡ ਆਫ ਦ ਗਾਊਟ ਐਸ ਵੈਲ ਪਿਆਰੇ ਦਰਸ਼ਕੋ ਤੁਸੀਂ ਸਟਰਾਬੈਰੀ ਕ੍ਰੇਨਬੈਰੀ ਚੈਰੀਜ਼ ਜੇ ਕਿਸੇ ਦਾ ਯੂਰਿਕ ਐਸਿਡ ਜ਼ਿਆਦਾ 50 ਭਾਵੇਂ ਕ੍ਰੇਨਬੈਰੀ ਕੱਲੀਆਂ ਲੈ ਲਓ ਜਾਂ 50 ਕੱਲੀਆਂ ਸਟਰਾਬਰੀ ਲੈ ਲਓ ਜਾਂ 50 ਕੱਲੀਆਂ ਚੈਰੀਜ਼ ਲੈ ਲਓ ਜਾਂ ਤਿੰਨੇ ਮਿਲਾ ਕੇ 40 50 ਕ੍ਰੇਨਬੈਰੀ ਸਟਰਾਬਰੀ ਚੈਰੀਜ਼ ਰੋਜ਼ ਖਾਓ ਜਿਹੜਾ ਮੈਂ ਦੱਸਿਆ ਨਾ ਕੋਈ ਨਾ ਕੋਈ ਤੁਹਾਨੂੰ ਨੁਸਖਾ ਦੱਸਣਾ ਹੁੰਦਾ ਐਸਾ ਨੁਸਖਾ ਤੁਹਾਨੂੰ ਦੱਸਿਆ ਜੇ ਕਿਸੇ ਦਾ ਯੂਰਿਕ ਐਸਿਡ ਜ਼ਿਆਦਾ ਤੇ ਜੋ ਮੈਂ ਕਿਹਾ ਕਰਕੇ ਦੇਖ ਲਓ 15 ਦਿਨ ਬਾਅਦ ਆਪਣਾ ਯੂਰਿਕ ਐਸਿਡ ਟੈਸਟ ਕਰਾ ਲਈਓ ਰਿਪੋਰਟ ਤੁਹਾਡੇ ਸਾਹਮਣੇ ਆ ਗਿਆ ਦਿਸ ਇਜ਼ ਜਿਹੜੀ ਤੁਹਾਨੂੰ ਫ੍ਰੀ ਕੰਸਲਟੇਸ਼ਨ ਦਿੱਤੀ ਪਰ ਇਹ ਨਹੀਂ ਕਿ ਇਹ ਇਹ ਹੀ ਇਹਦਾ ਇਲਾਜ ਹੈ ਇਹ ਇੱਕ ਸਮਝੋ ਰੈਮੇਡੀ ਹੋਮ ਰੈਮੇਡੀ ਜਿਹੜੀ ਮੈਂ ਹਰ ਵਾਰੀ ਕੋਈ ਨਾ ਕੋਈ ਦੱਸਦਾ ਜੋ ਤੁਸੀਂ ਆਪਣੇ ਆਪ ਕਰ ਸਕਦੇ ਹੋ ਦਿਸ ਇਜ਼ ਲਾਈਕ ਅ ਫ੍ਰੀ ਕੰਸਲਟੇਸ਼ਨ ਹੋਮ ਰੈਮੇਡੀ which you do can at your own by eating just cranberry strawberry and the cherries well rest assured ਕਿ ਇਹ eh, ਦਾ ਫਾਰਮੂਲਾ ਤੇ ਦੇਸੀ ਜਿਹੜਾ ਮੈਂ ਤੁਹਾਨੂੰ ਦਿਖਾਇਆ ਛੋਟੇ-ਛੋਟੀਆਂ ਗੋਲੀਆਂ ਕਾਲੀਆਂ-ਕਾਲੀਆਂ ਬੜਾ ਹੀ ਸੌਖਾ ਤਰੀਕਾ ਹੈ ਕਈ ਤਰ੍ਹਾਂ ਦੀਆਂ ਇਹ ਸਾਡੇ ਨੁਸਖੇ ਆਯੁਰਵੇਦਿਕ ਚ ਨੇ ਉਹ ਗੋਲੀਆਂ ਦਾ ਕਲਰ ਸਾਰੀਆਂ ਦਾ ਕਾਲੀਆਂ ਜਾਂ ਬ੍ਰਾਊਨ ਹੀ ਹੋਏਗਾ ਲੇਕਿਨ ਹਰ ਬਿਮਾਰੀ ਲਈ ਅਲੱਗ ਹੈ ਮਰਦਾਨਾ ਤਾਕਤ ਲਈ ਲੱਗ ਹੈ ਆਰਥਰਾਇਟਸ ਲਈ ਲੱਗ ਹੈ ਗਾਊਟ ਦੇ ਆਰਥਰਾਇਟਸ ਲਈ ਲੱਗ ਜਿੱਦਾਂ ਮੈਂ ਦੱਸਿਆ ਕਈ ਵਾਰੀ ਯੋਗਰਾਜ ਗੁਗਲ ਮਹਾਯੋਗਰਾਜ ਗੁਗਲ ਗੌਕਸ਼ੁਰ ਗੁਗਲ ਕਚਨਾਰ ਗੁਗਲ ਅਮਰਤਾ ਦੀ ਗੂਗਲ ਇਹ ਡਿਫਰੈਂਟ ਡਿਫਰੈਂਟ ਫਾਰਮੂਲੇ ਡਿਫਰੈਂਟ ਡਿਫਰੈਂਟ ਬਿਮਾਰੀ ਲਈ ਆ ਫਰਦਰ ਇਟ ਡਿਪੈਂਡਸ ਓਨ ਯਰ ਹਿਸਟਰੀ ਇਸੇ ਤਰ੍ਹਾਂ ਬਲੱਡ ਪ੍ਰੈਸ਼ਰ ਦੀ ਦਵਾਈ ਲੱਗ ਔਰ ਐਸਥਮਾ ਹੋਵੇ ਐਸਥਮੈਟਿਕ ਬ੍ਰੌਂਕਾਈਟਸ ਹੋਵੇ ਇਨਫਲੂਐਂజా ਨਮੋਨੀਆ ਚੈਸਟ ਪ੍ਰੋਬਲਮ ਕਿਸੇ ਕਿਸਮ ਦੀ ਅਪਰ ਰੈਸਪੀਰੇਟਰੀ ਟ੍ਰੈਕਟ ਇਨਫੈਕਸ਼ਨ ਹੋਵੇ ਐਸਥਮਾ ਐਸਥਮੈਟਿਕ ਬ੍ਰੌਂਕਾਈਟਸ ਪਾਉ ਮੇਨ ਕਾਰਨ ਸਮੋਕਿੰਗ ਹੈ ਐਸਥਮਾ ਕਿੰਦੇ ਸਾਰੇ ਉਮਰ ਨਹੀਂ ਠੀਕ ਹੁੰਦਾ ਸੀ ਐਸਥਮਾ ਦੇ ਕੇਸਿਸ ਠੀਕ ਕਰੀਦੇ ਟਾਈਮ ਜ਼ਰੂਰ ਲੱਗੇਗਾ ਉਹਦੇ ਚ ਡਿਪੈਂਡ ਕਰਦਾ ਕਿੰਨਾ ਪੁਰਾਣਾ ਐਸਥਮਾ ਕਿਸ ਤਰ੍ਹਾਂ ਦਾ ਐਸਥਮਾ ਬ੍ਰੌਂਕੀਅਲ ਐਸਥਮਾ ਹੈ ਕਿ ਅਲਰਜੀਕ ਐਸਥਮਾ ਐਸਥਮੈਟਿਕ ਬ੍ਰੌਂਕਾਈਟਿਸ ਉਹ ਵੀ ਸਾਹ ਦੀ ਕਿਹ ਪ੍ਰੋਬਲਮ ਹੋਵੇ ਰੈਸਪੀਰੇਟਰੀ ਸਿਸਟਮ ਦੀ ਪ੍ਰੋਬਲਮ ਕੋਈ ਹੋਵੇ ਪਾਵੇਂ ਕੋਵਿਡ ਤੱਕ ਅਸੀਂ ਕਹਿੰਦੇ ਆ ਇਹ ਜਿਹੜੀ ਆ ਇਮਿਊਨ ਸਿਸਟਮ ਨੂੰ ਸਟਰੋਂਗ ਕਰਨਾ ਹੁੰਦਾ ਜਿੰਨਾ ਨਜ਼ਲਾ ਰੇਸ਼ਾ ਜੋ ਕਾਮ ਖਾਂਸੀ ਆਲ ਯੂ ਹੈਵ ਟੂ ਵਰਕ ਔਨ ਦਾ ਇਮਿਊਨ ਸਿਸਟਮ ਔਰ ਹਰ ਬਿਮਾਰੀ ਦੀ ਪ੍ਰੋਬਲਮ ਜਿਹੜੀ ਹੁੰਦੀ ਕਿ ਤੁਹਾਡਾ ਆਪਣਾ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਜਿਹਦੇ ਕਰਕੇ ਪਿਛਲੇ ਸ਼ੋਅਾਂ 'ਚ ਮੈਂ ਦੱਸਿਆ ਸੋਰਾਇਸਿਸ ਵੀ ਉਹਦਾ ਕਾਰਨ ਇਮਿਊਨਿਟੀ ਘੱਟ ਹੋਵੇ ਸਰੀਰ 'ਚ ਇਮਿਊਨਿਟੀ ਹੈ ਕੀ ਹੈ ਬਿਮਾਰੀ ਨਾਲ ਲੜਨ ਦੀ ਤਾਕਤ ਸਾਡੀਆਂ ਕਈ ਦਵਾਈਆਂ 'ਚ ਅਸੀਂ ਤੁਹਾਡੀ ਇਮਿਊਨਿਟੀ ਵਧਾਣੀ ਹੁੰਦੀ ਕਈ ਵਾਰੀ ਜੇ ਹੋਰ ਕੋਈ ਬਿਮਾਰੀ ਨਹੀਂ ਤੇ ਲੱਖਾਂ ਦੁਨੀਆਂ ਨੇ ਮੇਰੇ ਕੋਲ ਸਿਰਫ ਆਪਣਾ ਇਮਿਊਨ ਸਿਸਟਮ ਸਟਰੋਂਗ ਕਰਨ ਲਈ ਇੰਨੀਆਂ ਚੀਜ਼ਾਂ ਮੰਗਾਈਆਂ ਔਰ ਦੇ ਆਰ ਪਰਫੈਕਟਲੀ ਓਕੇ ফর ਦਾ ਲਾਸਟ 20 ইয়ার্স ਐਂਡ ਦੇ ਆਰ ਜਸਟ ਟੇਕਿੰਗ ðiਸ ਕਾਈਂਡ ਔਫ ਥਿੰਗਸ ਜਸਟ ਲ ਕਾਪਾ ਕੋਈ ਹੋਮ ਰੈਮੇਡੀ ਕਰ ਰਹੇ ਆ ਇਹ ਚੀਜ਼ਾਂ ਬੰਦਾ ਪੈਸੇ ਖਰਚੇ ਤੋਂ ਨਹੀਂ ਡਰਦੇ ਉਹ ਆਪਣੀ ਜਵਾਨੀ ਨੂੰ ਕਾਇਮ ਰੱਖਦੇ ਆ ਆਪਣਾ ਇਮਿਊਨ ਸਿਸਟਮ ਸਟਰੋਂਗ ਰੱਖਦੇ ਆ ਬ੍ਰੇਨ ਪਾਵਰ ਲਈ ਮੈਮਰੀ ਲਈ ਐਲਜ਼ਾਈਮਰਸ ਡਿਜ਼ੀਜ਼ ਲਈ ਜਨਨ ਅਜ ਮੈਂ ਹਜ਼ਾਰਾਂ ਵਾਲੀ ਦੱਸ ਚੁੱਕਾ ਬ੍ਰਹਮੀ ਸ਼ੰਖ ਪੁਸ਼ਪੀ ਜਟਾਮਨਸੀ ਜੋਤਸ਼ਮਤੀ ਅਸ਼ਵਗੰਧਾ ਕੌਂਚ ਵੀ ਇਸੇ ਤਰ੍ਹਾਂ ਜਿਦਾ ਬਟਰਮੈਲਨ ਫੈਨੂਗ੍ਰੀਕ ਸਿਨਮਨ ਇਹ 슈ਗਰ ਲਈ ਇਦਾਂ ਦੇ ਨੁਸਖੇ ਤੇ ਨਾਲ ਸਾਡੇ ਆਯੁਰਵੈਦਿਕ ਵੀ ਹੁੰਦੇ ਆ ਨੈਚਰੋਪੈਥੀ ਦੇ ਵੀ ਹੁੰਦੇ ਆ ਬਿਕੋਜ਼ ਇਫ ਯੂ ਟਾਕ ਟੂ ਮੀ ਯੂ ਕੈਨ ਆਸਕ ਮੀ ਐਨੀਥਿੰਗ ਅਬਾਊਟ ਦੈ ਐਲੋਪੈਥੀ ਆਯੁਰਵੈਦਿਕ ਨੈਚਰੋਪੈਥੀ ਹੋਮੋਪੈਥੀ ਹੈ ਜੇ ਹੋਮੋਪੈਥੀ ਦੀ ਮੈਨੂੰ ਇੰਨੀ ਨੋਲਿਜ ਨਹੀਂ ਲੇਕਿਨ ਅਸੀਂ ਹੈਲਪ ਤੁਹਾਡੀ ਸਾਰੇ ਬੰਨਿਓ ਕਰ ਦੇ ਦੀਆ ਸੋ ਪਿਆਰੇ ਦਰਸ਼ਕੋ ਕੋਈ ਪ੍ਰੋਬਲਮ ਹੋਵੇ ਆਲ ਯੂ ਹੈਵ ਟੂ ਜਸਟ ਗਿਵ ਮੀ ਅ ਕਾਲ ਐਂਡ ਲੀਵ ਦ ਮੈਸੇਜ ਮੇਰੇ ਨੰਬਰ ਸਕਰੀਨ ਤੇ ਲਗਾਤਾਰ ਆ ਰਹੇ ਨੇ ਹੋਣ ਗੱਲ ਕਰੀਏ ਬਈ ਬਹੁਤੀ ਵਾਰੀ ਸਟ੍ਰੈਸ ਤੋਂ ਦੂਰ ਰਹਿਣ ਦਾ ਕੀ ਤਰੀਕਾ ਡਿਪਰੈਸ਼ਨ ਐਂਗਜ਼ਾਇਟੀ ਅਲਜ਼ਾਈਮਰ ਡਿਜ਼ੀਜ਼ ਬ੍ਰੇਨ ਪਾਵਰ ਇਸੇ ਤਰ੍ਹਾਂ ਹੀ ਸਟ्रेस ਇਜ਼ ਅ ਹੋਮ ਆਫ ਡਿਜ਼ੀਜ਼ ਫੈਟ ਇਜ਼ ਅ ਹੋਮ ਆਫ ਡਿਜ਼ੀਜ਼ ਕਨਸਟੀਪੇਸ਼ਨ ਇਜ਼ ਅ ਹੋਮ ਆਫ ਡਿਜ਼ੀਜ਼ ਕਬਜ਼ ਦੂਰ ਕਰੋ ਔਰ ਦੇਖੋ ਇੰਨੇ ਐਪੀਸੋਡ ਚ ਆਪਾਂ ਗੱਲ ਕਰਦੇ ਹਾਂ 슈ਗਰ ਦੀ ਬਲੱਡ ਪ੍ਰੈਸ਼ਰ ਦੀ ਕੋਲੇਸਟ੍ਰੋਲ ਦੀ ਮੋਟਾਪੇ ਦੀ ਔਰ ਮਰਦਾਨਾ ਕਮਜ਼ੋਰੀ ਦੀ ਇੱਕ ਹੋਰ ਨੁਸਖਾ ਤੁਹਾਨੂੰ ਦੱਸਾਂ ਜਾਂਦੀ ਵਾਰੀ ਕਲੌਂਜੀ ਬਹੁਤ ਅਚੀ ਚੀਜ਼ ਹੈ ਕਲੌਂਜੀ ਦਾ ਤੇਲ ਵੀ ਤੁਸੀਂ ਯੂਜ਼ ਕਰ ਸਕਦੇ ਹੋ ਕਲੌਂਜੀ ਦਾ ਤੇਲ ਪੀ ਵੀ ਸਕਦੇ ਹੋ ਕਲੌਂਜੀ ਕੋਲ ਕੇ ਪੀਸਦੇ ਹੋ ਜਿਆਦਾ ਨਹੀਂ ਮੈਂ ਡਿਟੇਲ ਚ ਦੱਸਣਾ ਹੁੰਦਾ ਕਿਉਂਕਿ ਇਹ ਚੀਜ਼ਾਂ ਤੁਹਾਡੀ ਸਿਰਫ ਹੋਮ ਰੈਮਡੀ ਦੇ ਤੌਰ ਤੇ ਕਲੌਂਜੀ ਕਈ ਦੁਨੀਆ ਵੈਸੇ ਖਾਂਦੀ ਰਹਿੰਦੀ ਹੈ ਕਲੌਂਜੀ ਇੱਕ ਐਸੀ ਚੀਜ਼ ਹੈ ਜਿਹੜੀ ਸਾਰੇ ਬੰਨਾਂ ਨੂੰ ਅਸਰ ਕਰ ਜਾਂਦੀ ਹੈ 슈ਗਰ ਲਈ ਵੀ ਠੀਕ ਕਲੌਂਜੀ ਪਰ ਹਰ ਬਿਮਾਰੀ ਦੀ ਉਹਦੀ ਮਾਤਰਾ ਕਿੰਨੀ ਹੈ ਸਾਡੇ ਕੋਲ ਤੁਹਾਨੂੰ ਉਹ ਚੀਜ਼ਾਂ ਫੇ ਕੈਪਸੂਲ ਟੈਬਲੇਟ ਫਾਰਮ ਚ ਵੀ ਮਿਲਦੀਆਂ ਹੈ ਨਹੀਂ ਤੇ ਘਰੇਲੂ ਨੁਸਖੇ ਕਲੌਂਜੀ ਦੇ ਤੁਸੀਂ ਆਪ ਬਣਾ ਸਕਦੇ ਹੋ ਕਲੌਂਜੀ ਨੂੰ ਫਰਾਈ ਵੀ ਕਰ ਸਕਦੇ ਹੋ ਕਲੌਂਜੀ ਖਾ ਵੀ ਸਕਦੇ ਹੋ ਕਲੌਂਜੀ ਦਾ ਤੇਲ ਵੀ ਬਣਾ ਸਕਦੇ ਹੋ ਕਲੌਂਜੀ ਪਾਣੀ ਚ ਪੀਓ ਕੇ ਰਾਤ ਰਾਂਕੇ ਸਵੇਰੇ ਉੱਠ ਕੇ ਪੀ ਲੋ acha cholesterol ਦਾ ਬੜਾ ਫਾਇਦਾ ਕਰਦੀ ਏ ਕਲੌਂਜੀ sugar වල ਵੀ ਫਾਇਦਾ ਕਰਦੀ ਏ ਕਲੌਂਜੀ blood pressure වල ਵੀ ਫਾਇਦਾ ਕਰਦੀ ਏ ਕਲੌਂਜੀ skin problems ਵੀ ਫਾਇਦਾ ਕਰਦੀ ਏ ਕਲੌਂਜੀ ਮੈਂ ਦੱਸਿਆ ਨਾ ਕਈ ਵਾਰੀ ਪ੍ਰੋਗਰਾਮ ਕਰਦੇ ਕਰਦੇ ਦਿਮਾਗ ਜਿਹੜੇ ਮੇਰੇ ਚੀਜ਼ ਆ ਜੇ ਮੈਂ ਦੱਸ ਦੇਣਾ ਜਿੱਦਾਂ ਦੋ ਨੁਸਖੇ ਐ ਤੁਹਾਨੂੰ ਦੱਸਿਆ ਸਭ ਤੋਂ ਵੱਡਾ ਨੁਸਖਾ ਕਲੌਂਜੀ ਦੱਸਿਆ ਔਰ ਜਿਹੜਾ ਦੂਜਾ ਪਹਿਲਾ ਨੁਸਖਾ ਦੱਸਿਆ ਤੁਹਾਨੂੰ ਅੱਜ ਜਿਹੜਾ ਅੱਜ ਦਾ ਟਾਪਿਕ ਸੀ ਗਾਊਟ ਗਾਊਟ ਦੇ ਵਿੱਚ ਸਟਰਾਬਰੀ ਚੈਰੀ ਕ੍ਰੇਨਬਰੀ ਔਰ ਤੁਸੀਂ ਦੇਸੀ ਦਵਾਈ ਪਾਵੇਂ ਪਾਣੀ ਨਾਲ ਖਾ ਸਕਦੇ ਹੋ ਐਲੋਵੇਰਾ ਜੂਸ ਨਾਲ ਲੈ ਸਕਦੇ ਹੋ ਕ੍ਰੇਨਬਰੀ ਜੂਸ ਨਾਲ ਲੈ ਸਕਦੇ ਹੋ ਜਿਨ੍ਹਾਂ ਨੂੰ 슈ਗਰ ਨਹੀਂ ਉਹ ਕ੍ਰੇਨਬਰੀ ਜੂਸ ਲੈ ਸਕਦੇ ਨਹੀਂ ਤੇ ਐਲੋਵੇਰਾ ਜੂਸ ਤੇ ਕ੍ਰੇਨਬਰੀ ਜੂਸ ਮਿਕਸ ਕਰਕੇ ਪੀ ਲਓ ਆਦਰਵਾਇਸ ਕੁਝ ਵੀ ਨਾ ਕਰੋ ਤੇ ਜਿਹੜੀ ਸਾਡੀ ਦੇਸੀ ਦਵਾਈ ਜਿਹੜੀ ਤੁਹਾਨੂੰ ਦੱਸਿਆ ਯੂਰਿਕ ਐਸਿਡ ਦੀ ਲੱਗ ਹੈ ਆਰਥਰਾਈਟਸ ਗਾਉਟ ਇਹਦੀ ਅਲੱਗ ਹੈ ਔਰ ਇਹ ਦੋਨੇ ਚੀਜ਼ਾਂ ਤੁਹਾਨੂੰ ਮੇਰੇ ਕੋਲ ਮਿਲਦੀਆਂ ਗਾਉਟ ਕਿੰਨੀ ਮਰਜੀ ਪੁਰਾਣੀ ਹੋਵੇ 20 ਸਾਲ ਪੁਰਾਣੀ ਵੀ ਭਾਵੇਂ ਹੋਵੇ ਅਸੀਂ ਤੁਹਾਨੂੰ 1 ਮਹੀਨੇ ਦੀ ਦਵਾਈ ਚ ਹੋ ਰਿਜ਼ਲਟ ਦਿਖਾ ਦਿੰਨੇ 75% ਰਿਜ਼ਲਟ 1 ਮਹੀਨੇ ਦੀ ਦਵਾਈ ਔਰ ਗਰੰਟੀਡ ਆਈ ਏਮ ਟਾਕਿੰਗ ਅਬਾਊਟ ਗਾਉਟ ਟੂਡੇ ਜਿਹੜੀ ਤੁਹਾਨੂੰ ਜੋੜਾਂ ਚ ਦਰਦ ਹੋਣੀ ਦਾ ਉਥੋਂ ਆਰਾਮ ਮਿਲਣਾ ਔਰ ਰੈਡਨੈਸ ਹੌਟਨੈਸ ਟੈਂਪਰੇਚਰ ਹੋ ਜਾਏਗਾ ਇਨਫੈਕਸ਼ਨ ਹੋਵੇ ਤਾਂ ਦੈਟਸ ਵਾਈ ਕੀ ਕਰੋ ਮੀਟ ਪ੍ਰੋਡਕਟਸ ਕੱਟ ਕਰੋ ਨਸ਼ੇ ਕਟਾ ਦਿਓ ਐਕਸਰਸਾਈਜ਼ ਕਰੋ ਠੰਡ ਤੋਂ ਬਚਣਾ ਸਵੇਰੇ ਸਵੇਰੇ ਜਿਆਦਾ ਹੁੰਦੀ ਵੈਸੇ ਇਹ ਜਿਹੜੀ ਗਾਊਟ ਹੈ ਔਰ ਜੇ ਤੁਹਾਡਾ ਐਕਸਕ੍ਰੀਟਾ ਮਤਲਬ ਯੂਰੀਨਰੀ ਸਿਸਟਮ ਜਾਂ ਟਾਇਲਟ ਪ੍ਰੋਪਰ ਟਾਈਮ ਨਾ ਆ ਰਹੀ ਹੈ ਬੈਸਟ ਹੈ ਪਿਸ਼ਾਬ ਦੇ ਰਸਤੇ ਕਿਡਨੀ ਇਜ਼ ਦਾ బిਗੇਸਟ ਫਿਲਟਰ ਔਰ ਦੋ ਫਿਲਟਰ ਬਾਡੀ ਸਭ ਤੋਂ ਇੰਪੋਰਟੈਂਟ ਕਿਡਨੀ ਤੇ ਲਿਵਰ ਕਈ ਬਿਮਾਰੀਆਂ ਦਾ ਇਨਸਾਨ ਨੂੰ ਪਤਾ ਨਹੀਂ ਲੱਗਦਾ ਦੋਈਆਂ ਆਖਾਂਦੇ ਆ ਉਮਰ ਬੀਤ ਜਾਂਦੀ ਆ ਜਦ ਕਿ ਕਈ ਵਾਰੀ ਬਿਮਾਰੀ ਹੁੰਦੀ <li>ਵਰ ਚ <li>ਲਿਵਰ ਇਜ਼ ਅ ਬਿਗੇਸਟ ਫਿਲਟਰ ਕਿਡਨੀ ਇਜ਼ ਅ ਬਿਗ ਕਿਡਨੀ ਨੇ ਛਾਣ ਕੇ ਜਿਹਦਾ ਪਾਣੀ ਛਾਣ ਕੇ ਆਪਾਂ ਸਾਰਾ ਚਾਹ ਪੀਨੇ ਦੁੱਧ ਪੀਨੇ ਜਿਹੜੇ ਪਾਣੀ ਦਾ ਕੰਮ ਕਰਨਾ ਛਾਣ ਕੇ ਪਿਸ਼ਾਬ ਰਸਤੇ ਉਹ ਕਰਨਾ ਕਿਡਨੀ ਨੇ ਯੂਰਿਕ ਐਸਿਡ ਦੇ ਕ੍ਰਿਸਟਲ ਜੋ ਕਿਡਨੀ ਚ ਵਾਸ਼ ਹੋ ਕੇ ਨਿਕਲਨੇ ਪਿਸ਼ਾਬ ਰਸਤੇ ਨਿਕਲ ਜene ਜੇ ਨਹੀਂ ਨਿਕਲੇ ਤੇ ਦਾ ਮਤਲਬ ਹੈ ਜੇ ਉਹ ਬਲੱਡ ਚ ਸਟ੍ਰੀਮ ਦੇ ਵਿੱਚ ਆ ਕੇ ਇਕੱਠੇ ਹੋ ਗਏ ਤੇ ਫਿਰ ਉਹਨੇ ਜਾ ਕੇ ਆਰਥਰਾਇਟਸ ਕਰਨੀ ਜਿਹਨੂੰ ਕਹਿੰਦੇ ਗਾਊਟ ਆਰਥਰਾਇਟਸ ਜੋੜਾਂ ਦੀ ਦਰਦ ਲੇਕਿਨ ਗਾਊਟ ਜੇ ਉਹ ਕ੍ਰਿਸਟਲ ਯੂਰਿਕ ਐਸਿਡ ਦੇ ਗੁਰਦੇ ਚ ਰਹਿ ਗਏ ਕਿਡਨੀ ਚ ਰਹਿ ਗਏ ਤੇ ਉੱਥੇ ਫਿਰ ਸਟੋਨਸ ਬਣ ਜਾਣੇ ਤੁਸੀਂ ਕਿਡਨੀ ਸਟੋਨ ਦੇ ਮੇਰੇ ਕਿੰਨੇ ਪ੍ਰੋਗਰਾਮ ਦੱਸਿਆ ਦੇਖੇ ਹੋਣੇ ਤਾਂ ਮੈਂ ਹਰ ਵਾਰੀ ਦੱਸਿਆ ਯੂਰੇਟਸ ਫਾਸਫੇਟਸ ਕੈਲਸ਼ੀਅਮ ਆਕਸਲੇਟ ਜਿਹੜੀ ਗੁਰਦੇ ਦੀ ਪੱਥਰੀ ਵੀ ਆ ਵੀ ਤਿੰਨ ਤਰ੍ਹਾਂ ਦੀ ਹੁੰਦੀ ਆ ਤਿੰਨ ਤਰ੍ਹਾਂ ਦੀ ਮਤਲਬ ਜਾਂ ਤੇ ਉਹ ਕੈਲਸ਼ੀਅਮ ਆਕਸਲੇਟ ਦੇ ਕ੍ਰਿਸਟਲ ਨੇ ਉਹ ਚ ਕੈਲਸ਼ੀਅਮ ਘਟਾਉਣਾ ਹੁੰਦਾ ਫਾਸਫੇਟਸ ਦੇ ਕ੍ਰਿਸਟਲਸ ਇਹ ਮੀਟ ਘਟਾਣਾ ਹੈ ਯੂਰਿਕ ਐਸਿਡ ਦੇ ਕ੍ਰਿਸਟਲ ਹੈ ਤੇ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਦੇ ਲਈ ਫਾਰਮੂਲਾ ਜਿਹ ਹੈ ਤੇ ਆਯੁਰਵੇਦ ਔਰ ਡਾਕਟਰ ਕੁਮਾਰ ਇਸ ਵਨ ਫੋਨ ਕਾਲਵੇ ਮਾਈ ਨੰਬਰਸ ਆਰ ਫਲੈਸ਼ਿੰਗ ਕੰਟੀਨਿਊਸਲੀ ਓਨ ਦ ਸਕਰੀਨ ਮਾਈ ਰਾ ਡਰੈਸ ਕਿੰਨੇ ਵਾਰੀ ਮੈਨੂੰ ਕੈਨੇਡਾ ਵਾਲੇ ਜਾਂ ਦੂਸਰੇ ਕੰਟਰੀਆਂ ਚੋ ਕਾਲ ਕਰਦੇ ਪੁੱਛਦੇ ਜੀ ਤੁਸੀਂ ਕਿੱਥੇ ਹੋ ਜਦ ਕਿ ਤੁਸੀਂ ਨੋਟ ਕਰੋ ਜਦੋਂ ਪ੍ਰੋਗਰਾਮ ਆਇਆ ਹੋਵੇ ਇਹਨੂੰ ਦੇਖਿਆ ਕਰੋ ਸੁਣਿਆ ਕਰੋ ਇਹ ਨਹੀਂ ਵੀ ਉਸੇ ਵੇਲੇ ਜ਼ਰੂਰ ਕਾਲ ਕਰਨੀ ਹੁੰਦੀ ਹੈ ਉਸ ਵੇਲੇ ਕਾਲਸ ਕੱਟੀਆਂ ਆਉਂਦੀਆਂ ਪਰ ਕਾਲ ਕਰਕੇ ਜੇ ਨਾ ਮਿਲੇ ਤੇ ਮੈਸੇਜ ਛੱਡਿਆ ਪਰ ਆਪਣਾ ਨੰਬਰ ਜਰੂਰ ਛੱਡਿਆ ਕਰੋ ਕਈ ਵਾਰੀ ਤੁਹਾਡਾ ਮੈਸੇਜ ਹੁੰਦਾ ਨੰਬਰ ਨਹੀਂ ਹੁੰਦਾ ਉਸ ਕਰਕੇ ਫਿਰ ਸਾਨੂੰ ਪਤਾ ਨਹੀਂ ਲੱਗਦਾ ਕਿਨੂੰ ਕਾਲ ਕਰੀਏ ਵੈਨਵਰ ਯੂ ਕਾਲ ਮੀ ਜਸਟ ਲੀਵ ਦਾ ਮੈਸੇਜ ਐਂਡ ਯੂਰ ਫੋਨ ਨੰਬਰ ਆਪਣਾ ਮੈਸੇਜ ਛੱਡ ਕੇ ਦੱਸ ਦਿਆ ਕਰੋ ਜੀ ਮੈਂ ਫਲਾਣਾ ਬੋਲ ਰਿਹਾ ਫਲਾਣੀ ਜਗ੍ਹਾ ਤੋਂ ਬੋਲ ਰਿਹਾ ਐਸ ਬਿਮਾਰੀ ਬਾਰੇ ਗੱਲ ਕਰਨੀ ਆ ਮੇਰਾ ਨੰਬਰ ਹੈ ਜੇ ਤੁਹਾਡੀ ਦੇਖੋ ਮੋਸਟਲੀ ਤਾਂ ਗੱਲ ਮੇਰੇ ਨਾਲ ਹੀ ਹੁੰਦੀ ਔਰ ਫਿਰ ਮੈਂ ਤੁਹਾਣਾ ਪੰਜਾਬੀ ਚ ਗੱਲ ਕਰਦੇ ਆ ਇਹ ਤੁਹਾਡੀ ਖੁਸ਼ੀ ਹੈ ਮੇਰੇ ਨਾਲ ਤੁਸੀਂ ਹਿੰਦੀ ਚ ਗੱਲ ਕਰੋ ਪੰਜਾਬੀ ਚ ਕਰੋ ਇੰਗਲਿਸ਼ ਕਰੋ ਉਰਦੂਚ ਕਰੋ ਜੇ ਸਪੈਨਿਸ਼ ਹੈ ਤਾਂ ਮੈਂ ਸਪੈਨਿਸ਼ ਕਰ ਲੈਣ ਗੱਲ ਤੁਹਾਡਾ ਭਰਾ ਤੁਹਾਡੇ ਨਾਲ ਹਰ ਭਾਸ਼ਾ 'ਚ ਗੱਲ ਕਰਦਾ ਜਿਆਦਾ ਦਵਾਈ ਮੇਰੀ ਆਲ ਓਵਰ ਦੀ ਵਰਡ 90% ਮਰਦਾਨਾਂ ਤੱਕ ਦੀ ਜਾਂਦੀ ਔਰ ਉਹਦੀ 100% ਗਾਰੰਟੀ ਲੋਕੀ ਕਹਿੰਦੇ ਜੀ 6 ਸਾਲ ਤੋਂ ਇੰਡੀਆ ਦੀ ਦਵਾਈ ਖਾ ਲਈ ਅਸੀਂ ਕਿੰਨੇ ਹੋਮੋਪੈਥੀ ਦੀਆਂ ਦਵਾਈਆਂ ਖਾ ਲਈਆਂ ਕਈ ਕਈ ਸਾਲ ਹੋ ਗਏ ਕਈ ਮਹੀਨੇ ਹੋ ਗਏ ਕੋਈ ਫਾਇਦਾ ਨਹੀਂ ਹੋਇਆ ਔਰ ਮਰਦਾਨਾਂ ਤੱਕ ਦੀ ਦਵਾਈ ਦਾ ਫਾਇਦਾ ਹਫਤੇ 'ਚ ਰਿਜ਼ਲਟ ਗਾਰੰਟੀ ਪੈਸੇ ਜ਼ਰੂਰ ਖਰਚਨੇ ਆ ਆਪਣੇ ਲਈ ਖਰਚਨੇ ਆ ਤਾਂ ਹੀ ਮੈਂ ਹਰ ਵਾਰੀ ਕਿਹਾ ਹਿੰਮਤੇ ਮਰਦਾ ਮਦ ਦੇ ਖੁਦਾ ਹਰ ਦਰਦ ਕੀ ਦੁਆ ਹੈ ਆਯੁਰਵੇਦਾ ਆਯੁਰਵੈਦਿਕ ਐਸੀ ਪੈਥੀ ਹੈ ਜਿਹੜੀ ਸਾਰੀ ਵਰਲਡ ਦੇ ਵਿੱਚ ਸਭ ਤੋਂ ਪੁਰਾਣੀ ਪਹਿਲੀ ਪੈਥੀ ਚੱਲੀ ਆ ਰਹੀ ਔਰ ਜਿਹਦਾ ਹਰ ਬਿਮਾਰੀ ਦਾ ਇਲਾਜ ਆ ਇਸੇ ਤਰ੍ਹਾਂ ਮੈਂ ਕਿਹਾ ਸੀ ਵੀ ਸਾਡੇ ਭਗਵਾਨ ਕਿਸ਼ਨ ਨੇ ਜਗਨਨਾਥ ਨੇ ਸ਼ੁਰੂ ਕੀਤੀ ਸੀ ਤਨਵੰਤਰੀ ਨੇ ਸ਼ੁਰੂ ਕੀਤੀ ਸੀ ਤਨਵੰਤਰੀ ਇਸ ਆਲਸੋ ਦ ਫਾਰਮ ਆਫ ਲਾਰਡ ਕ੍ਰਿਸ਼ਨ 5000 ইয়ার্স ব্যাক তাই আমি ক্যা শুরু ਦੇ ਵਿੱਚ ਜਗਨਨਾਥ ਰਤ ਯਾਤਰਾ ਆ ਰਹੀ ਹੈ ਜੂਨ ਚੰ ਦੀ ਹਰ ਵੇਲੇ ਪੰਜ ਚਾਰ ਦਿਨ ਚ ਔਰ ਫਾਦਰਸਡੇ ਵੀ ਆ ਰਿਹਾ ਤੇ ਮੇਰਾ ਬਰਥਡੇ ਵੀ ਆ ਰਿਹਾ ਜਿਹਦੇ ਕਰਕੇ ਤੁਹਾਨੂੰ ਇਸ ਹਫਤੇ ਹਰ ਜਿਹੜਾ ਜਿਹੜੀ ਮਰਜੀ ਦਵਾਈ ਮੰਗਾਓਗੇ ਤੁਹਾਨੂੰ ਮੇਰੇ ਵੱਲੋਂ ਗਿਫਟ ਜਾਏਗਾ ਪਰ ਮੈਨੂੰ ਯਾਦ ਕਰਾ ਦੇਣਾ ਕਿਤੇ ਭੁੱਲ ਨਾ ਜਾਵਾਂ ਜਦੋਂ ਕਾਲ ਕਰੋ ਨਾਲ ਕਹ ਦੀ ਡਾਕਟਰ ਸਾਹਿਬ ਤੁਸੀਂ ਦੱਸਿਆ ਸੀ ਗਿਫਟ ਤਾਂ ਕਿ ਗਿਫਟ ਨਾਲ ਭੇਜ ਦੂੰ ਆ ਜਿਹੜੇ ਲੋਕਲ ਆਂਦੇ ਹੋ ਤੇ ਨਾਲ ਉਸੇ ਵੇਲੇ ਦੇਈ ਦੇ ਦੋ ਉਹਨਾਂ ਨੂੰ ਸੋ ਪਿਆਰੇ ਦਰਸ਼ਕੋ ਡਸਨਟ ਮੈਟਰ ਯੂ ਆਰ ਐਨੀ ਵੇਅਰ ਇਨ ਦਾ ਵਰਡ ਇੰਡੀਆ, ਕੈਨੇਡਾ, ਆਸਟ੍ਰੇਲੀਆ, ਜਾਪਾਨ, ਅਮਰੀਕਾ ਦੀ ਕਿਸੇ ਸਟੇਟ ਚ ਹਰ ਜਗ੍ਹਾ ਸਾਡੀ ਦਵਾਈ ਇੰਨੇ ਸਾਲਾਂ ਤੋਂ ਲਗਾਤਾਰ ਜਾ ਰਹੀ ਹੈ ਔਰ ਕੋਸ਼ਿਸ਼ ਹੁੰਦੀ ਹੈ ਕਿ ਬਿਨਾ ਸਾਈਡ ਇਫੈਕਟ ਤੋਂ ਤੁਹਾਡੇ ਦੇ ਨਾਲ ਘਰ ਬੈਠੇ ਤੁਹਾਨੂੰ ਦਵਾਈ ਪਹੁੰਚਾਈਏ ਫੋਨ ਤੇ ਡਾਇਗਨੋਸਿਸ ਫੋਨ ਤੇ ਟਰੀਟਮੈਂਟ ਘਰ ਬੈਠੇ ਦਵਾਈ ਔਰ ਗੱਲ ਪੰਜਾਬੀ ਚ ਵੀ ਕਰ ਸਕਦੇ ਹੋ ਕੋਈ ਮੇਰੇ ਲਈ ਸੇਵ ਆਵੇ ਆਲ ਯੂ ਹੈਵ ਟੂ ਜਸਟ ਗਿਵ ਮੀ ਅ ਕਾਲ ਨੰਬਰ ਲਗਾਤਾਰ ਫਲੈਸ਼ ਕਰ ਰਿਹਾ ਸਕਰੀਨ ਤੇ ਇਹੀ ਨੰਬਰ ਸਾਰੇ ਨੇ ਸੇਵ ਕੀਤੇ ਡਾਕਟਰ ਕੁਮਾਰ ਕਰਕੇ WhatsApp ਦਾ ਵੀ ਨੰਬਰ ਮੇਰਾ ਇਹ ਜਿਹੜਾ ਸੈੱਲ ਨੰਬਰ ਆ 7182165137 ਇਸ ਮਾਈ ਸੈੱਲ ਨੰਬਰ 7188495859 ਇਸ ਮਾਈ ਆਫਿਸ ਨੰਬਰ ਆਲ ધ ਟਾਈਮ ਯੂ ਜਸਟ ਟਾਕ ਟੂ ਮੀ ਐਂਡ ਗਿਵ ਮੀ ਅ ਸ਼ਾਰਟ ਮੈਸੇਜ ਥੋੜੀ ਗੱਲ ਕਰਿਆ ਕਰੋ ਮੈਸੇਜ ਛੱਡਿਆ ਕਰੋ ਮੇਰਾ ਖਿਆਲ ਟਾਈਮ ਜ਼ਿਆਸਤ ਨਹੀਂ ਦੇ ਰਿਆ ਆਪਣੇ ਸ਼ਬਦਾਂ ਦੀ ਬਾਣੀ ਨੂੰ ਵਿਰਾਮ ਦਿੰਦਾ ਤੁਹਾਡੇ ਸਾਰੇ ਦੇਖਣ ਵਾਲਿਆਂ ਦਾ ਤੇ ਸੁਣਨ ਵਾਲਿਆਂ ਦਾ ਤੁਹਾਡਾ ਥੈਂਕ ਯੂ ਕਰਦਾ ਤੁਹਾਡਾ ਆਪਣਾ ਡਾਕਟਰ ਕੁਮਾਰ Thank you.